ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਜੀ ਤੁਹਾਡਾ। ਮੈਂ ਜੀ ਅਮੀਰ ਹਮਜ਼ਾ ਅਤੇ ਤੁਸੀਂ ਵੇਖ ਰਹੇ ਹੋ ਲਾਈਵ ਵਿਦ ਅਮੀਰ ਹਮਜ਼ਾ। ਅਤੇ ਸਰਕਾਰ ਜੀ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਮੈਂ ਹੁਣ ਚੱਲਾ ਸੀ ਘਰ ਵਾਪਸੀ, ਅਤੇ ਮੇਰੇ ਨਾਲ ਇੱਕ ਮੇਰਾ ਯਾਰ ਆ, ਮੇਰਾ ਦੋਸਤ ਆ, ਭਰਾ ਆ ਬਿਲਾਵਰ ਭਾਈ, ਉਹਨਾਂ ਨੇ ਮੈਂ ਛੱਡਣ ਲਈ ਚੱਲਾ ਸੀ ਉਹਨਾਂ ਦੇ ਘਰ, ਅਤੇ ਮੈਂ ਉਹ ਛੱਡ ਕੇ ਅਤੇ ਘਰ ਜਾਣਾ ਸੀ। ਅਤੇ ਵਾਪਸੀ 'ਤੇ ਸਾਨੂੰ ਇੱਕ ਮਤਲਬ ਮੇਲਾ ਜਿਹਾ ਲੱਗਿਆ ਹੋਇਆ ਦੇਖਿਆ ਸੀ ਦਰਬਾਰ 'ਤੇ, ਅਤੇ ਅਸੀਂ ਸੋਚਿਆ ਕਿ ਨਾ ਮਤਲਬ ਉਹ ਦੇਖ ਲਿਆ ਜਾਏ, ਨਾਲੇ ਵਲੋਗ ਵੀ ਸ਼ੂਟ ਕਰ ਲਿਆ ਜਾਏ। ਅਤੇ ਮੈਂ ਬਿਲਾਵਰ ਭਾਈ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ। ਆਇਆ ਜੀ ਬਿਲਾਵਲ ਭਾਈ, ਇਹ ਮੇਰੇ ਨਾਲ ਆ, ਮੇਰੇ ਯਾਰ ਆ, ਇਹਨਾਂ ਮੈਂ ਛੱਡਣ ਲਈ ਜਾ ਰਿਹਾ ਸੀ ਘਰ ਨੂੰ, ਅਤੇ ਮੈਨੂੰ ਕਹਿੰਦਾ ਯਾਰ ਆਪਾਂ ਮੇਲੇ 'ਤੇ ਚਲੀਏ ਦਰਬਾਰ ਦੇਖਣੀ। ਮੈਂ ਕਿਹਾ ਚੱਲ ਠੀਕ ਹੈ ਚੱਲਦੇ ਹਾਂ। ਆਇਆ ਬਿਲਾਵਲ, ਆਮਿਰ ਭਾਈ ਆ, ਹਮਾਲ ਭਾਈ, ਅਤੇ ਆ ਜੀ ਮੁਸ਼ਰਫ ਭਾਈ, ਇਹ ਸਾਨੂੰ ਇੱਥੇ ਮਿਲੇ ਆ। ਭਾਈ ਜੀ ਇੱਥੇ ਹੋ ਗਈ ਸੀ ਕੁਆਲੀ ਖਤਮ, ਅਤੇ ਮੈਂ ਕਿਹਾ ਚੱਲ ਤੁਹਾਡੇ ਨਾਲ ਬੈਕਗਰਾਊਂਡ ਦਾ ਵੀ ਮਤਲਬ ਸ਼ੇਅਰ ਕੀਤਾ ਜਾਏ। ਆ ਪਿੱਛੇ ਦਾ ਮਾਹੌਲ ਆ, ਆ ਭਾਈ ਹੁਣੀ ਬੈਠੇ ਆ, ਸਿਗਰਟ ਸੁਗਰਟ ਲਾ ਕੇ ਆ, ਅਤੇ ਆ ਤਮਾਸ਼ਬੀਨ ਆ ਬਾਕੀ ਸਾਰੇ, ਅਤੇ ਆ ਪਿੱਛੇ ਇੱਕ ਮੱਛ ਚੱਲ ਰਿਹਾ, ਤੁਹਾਨੂੰ ਇਹ ਦਿਖਾਉਂਦੇ ਹਾਂ, ਮਤਲਬ ਕਿ ਅੱਗ ਜੀ ਚਲੀ ਜਾਂਦੀ ਹੈ ਇੱਥੇ। ਅਤੇ ਮੈਂ ਨਾ ਜ਼ਿਆਦਾ ਇਹਨਾਂ ਨਜ਼ਦੀਕ ਨਹੀਂ ਗਿਆ, ਮੈਂ ਕਿਹਾ ਯਾਰ ਪਤਾ ਨਹੀਂ ਕੋਈ ਗੱਲ ਹੀ ਨਾ ਕਰ ਦੇਣ, ਕਿ ਯਾਰ ਸਾਡੀ ਵੀਡੀਓ ਕਾਹਤੋਂ ਬਣਾਉਣਾ ਆ। ਮੈਂ ਫਿਰ ਵੀ ਵੀਡੀਓ ਬਣਾਈ ਆ ਜਿੰਨੀ ਕੁ ਮੇਰੇ ਕੋਲ ਬਣ ਸਕੀ ਆ, ਅਤੇ ਤੁਸੀਂ ਦੇਖ ਸਕਦੇ ਹੋ ਨਾ।
ਹਾਂ ਰਾਤ ਅਸਲ ਮੈਂ ਰਾਤ ਦਾ ਵਾਪਸੀ ਆ ਰਿਹਾ ਸੀ ਤੇ ਰਾਤ ਦੀ ਮੈਂ ਵੀਡੀਓ ਬਣਾਈ ਆ ਤਾਂ ਕਰਕੇ ਨਾ ਥੋੜ੍ਹਾ ਜਿਹਾ ਸ਼ਾਇਦ ਹੋ ਸਕਦਾ ਕਿ ਕਲੀਅਰ ਨਜ਼ਰ ਨਾ ਹੀ ਆਏ ਜਿੰਨਾ ਕੁ ਪੋਸੀਬਲ ਹੈ ਮੈਂ ਮਤਲਬ ਕਿ ਐਡਿਟ ਕਰ ਕਰਕੇ ਨਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਬਾਕੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਪਿੱਛੇ ਤੱਕ ਤੁਹਾਨੂੰ ਲੈ ਕੇ ਜਾਂਦੇ ਹਾਂ ਆਹ ਸਾਰਾ ਪਿੱਛੇ ਦਾ ਮਾਹੌਲ ਆ ਬਿਲਾਵਲ ਭਾਈ ਖੜ੍ਹੇ ਹਾਂ ਅਤੇ ਇਹ ਹਾਂ ਭਾਈ ਵੀ ਚੁੱਲ੍ਹੇ ਚੱਕ ਲਾ ਰਹੇ ਹਾਂ ਮੇਰੇ ਖਿਆਲ ਲੰਗਰ ਲੁੰਗਰ ਗਰਮ ਕਰਨ ਲੱਗੇ ਹਾਂ ਕਿਤੇ ਮੈਂ ਜ਼ਿਆਦਾ ਬਹੁਤਾ ਪਿੱਛੇ ਨਹੀਂ ਗਿਆ ਯਾਰ ਐਵੇਂ ਕੋਈ ਗੱਲ ਕਰਦੇ ਫਾਇਦਾ ਨਹੀਂ ਹੈ ਜਨਾਬ ਭਾਈ ਅਫੀਜ਼ ਰਹਿਮਾਨ ਸਾਹਿਬ ਬਦਲੀ ਸਾਹਿਬ